ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਦੀ ਮੀਟਿੰਗ ਹਰ ਮਹੀਨੇ ਦੀ ਤਰ੍ਹਾਂ ਅੱਜ ਵੀ ਪ੍ਰਧਾਨ ਕਿਸ਼ੋਰ ਰਾਜਪੂਤ, ਡਾਕਟਰ ਐਚ ਐਸ ਬਾਵਾ, ਸੀਨੀਅਰ ਪੱਤਰਕਾਰ ਨਰੇਸ਼ ਕੱਤ, ਸੀਨੀਅਰ ਕ੍ਰਾਈਮ ਰਿਪੋਰਟਰ ਵਿਕਰਾਂਤ ਪ੍ਰਭਾਕਰ ਦੀ ਦੇਖਰੇਖ ਵਿੱਚ ਕਪੂਰਥਲਾ ਪ੍ਰੈਸ ਕਲੱਬ ਵਿੱਚ ਹੋਈ, ਜਿਸ ਵਿੱਚ ਵੱਖ ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਗਈ। ਮੀਟਿੰਗ ਵਿੱਚ ਦਰਨੇਸ਼ ਚੰਦਰ ਪ੍ਰਭਾਕਰ, ਰੋਹਿਤ ਸੰਗਰ, ਮਦਨ ਲਾਲ, ਅਮਿਤ ਮਹਿਰਾ, ਪਵਨ ਕੁਮਾਰ, ਬਲਜੀਤ ਕਾਂਚਲੀ ਅਤੇ ਹੋਰ ਵੀ ਵੱਖ ਵੱਖ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੇ ਰਿਪੋਰਟਰ ਵੀ ਮੌਜੂਦ ਸਨ ਅਤੇ ਪ੍ਰੈਸ ਰਿਪੋਰਟਰਾਂ ਨੇ ਆਪਣੇ ਆਪਣੇ ਵਿਚਾਰ ਰੱਖੇ। ਪ੍ਰਧਾਨ ਕਿਸ਼ੋਰ ਰਾਜਪੂਤ ਨੇ ਦੱਸਿਆ ਕਿ ਪੱਤਰਕਾਰ ਸਰਕਾਰ ਦਾ ਚੌਥਾ ਥੰਮ ਮੰਨਿਆ ਗਿਆ ਹੈ। ਪ੍ਰਧਾਨ ਕਿਸ਼ੋਰ ਰਾਜਪੂਤ ਨੇ ਵੀ ਦੱਸਿਆ ਕਿ ਪੱਤਰਕਾਰ ਹਰ ਵਕਤ ਆਪਣੇ ਫਰਜ਼ ਲਈ ਤਿਆਰ ਰਹਿੰਦੇ ਹਨ ਤੇ ਪੱਤਰਕਾਰ ਦਿਨ ਰਾਤ ਨਹੀਂ ਦੇਖਦੇ। ਕਈ ਜਗ੍ਹਾ ਪੱਤਰਕਾਰ ਨਾਲ ਵੀ ਗਲਤ ਵਿਵਹਾਰ ਕੀਤਾ ਜਾਂਦਾ ਹੈ ਕਿ ਜੋ ਕਿ ਸਾਨੂੰ ਮਨਜ਼ੂਰ ਨਹੀਂ ਹੈ। ਮੈਂ ਕਿਸ਼ੋਰ ਰਾਜਪੂਤ, ਪ੍ਰਧਾਨ ਆਜ਼ਾਦ ਜਨਸੂਚਿਤ ਪ੍ਰੈਸ ਕਲੱਬ ਕਪੂਰਥਲਾ। ਸਭ ਤੋਂ ਪਹਿਲੇ ਮੈਂ UPI ਚੈਨਲ ਦੇ ਜਿਹੜੇ ਪੱਤਰਕਾਰ ਹੈ, UPI ਚੈਨਲ, ਉਹਨਾਂ ਨੂੰ ਬਹੁਤ ਹੀ ਮੁਬਾਰਕਬਾਦ ਦਿੰਦਾ, ਵਧਾਈ ਦਿੰਦਾ ਵਾਂ ਔਰ ਉਹਨਾਂ ਦੀ ਪ੍ਰਸ਼ੰਸਾ ਕਰਦਾ ਵਾਂ ਕਿ ਜਿਹੜੀ ਸਾਡੀ ਹਰ ਵਾਰੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸਾਡੀਆਂ ਜਿਹੜੀਆਂ ਗਤੀਵਿਧੀਆਂ ਪ੍ਰੈਸ ਕਲੱਬ ਦੇ ਵਿੱਚ ਜਿਹੜੀ ਸਾਡੀ ਮੀਟਿੰਗ ਹੁੰਦੀ ਹੈ ਉਹਦੇ 'ਚ ਜਿਹੜੀ ਚਰਚਾ ਹੁੰਦੀ ਹੈ ਉਹਨੂੰ ਜਨਤਕ ਤੱਕ, ਆਮ ਲੋਕਾਂ ਤੱਕ, ਆਮ ਵਰਗ ਤੱਕ ਪਹੁੰਚਾਉਂਦੇ ਆ। ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਨਾਲ ਹੀ ਵਿਕਰਾਂਤ ਪ੍ਰਭਾਕਰ ਜੀ ਜਿਹੜੇ 3-4 ਚੈਨਲ ਚਲਾਉਂਦੇ ਆ, ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਹੜੇ ਹਰ ਵਾਰੀ ਸਾਡੀ ਜਿਹੜੀ ਪ੍ਰੈਸ ਕਲੱਬ ਦੀ ਜਿਹੜੀ ਕਵਰਿੰਗ ਹੈ, ਹੋਰ ਵੀ ਜਿਹੜੀ ਕੋਈ ਸਾਡੇ 'ਤੇ ਕਿਸੇ ਵੀ ਕਿਸਮ ਦੀ ਕੋਈ ਖਬਰ ਹੁੰਦੀ ਹੈ ਉਹਨੂੰ ਆਪਣੇ ਚੈਨਲ 'ਚ ਲਾਉਂਦੇ ਹਾਂ, ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ। ਜਿਸ ਤਰ੍ਹਾਂ ਕਿ ਸਾਡਾ ਕਲੱਬ ਪਿਛਲੇ ਕਈਆਂ ਸਾਲਾਂ ਤੋਂ ਵਰਕਿੰਗ 'ਚ ਹੈਗਾ ਔਰ ਸਾਡੀ ਇੱਕਮਾਤਰ ਕਪੂਰਥਲੇ 'ਚ ਯੂਨੀਅਨ ਹੈਗੀ ਹੈ ਜਿਹਦੀ ਹਰ ਸਾਲ 18 ਤਰੀਕ ਨੂੰ ਮੀਟਿੰਗ ਹੁੰਦੀ ਹੈ। ਛੁੱਟੀ ਹੋਣ ਦੀ ਦਸ਼ਾ 'ਚ ਜੇ ਉਹ ਜਿਹੜੀ ਮੀਟਿੰਗ ਹੈ ਉਹ ਅਗਲੇ ਦਿਨ ਲਈ ਟਾਲੀ ਜਾਂਦੀ ਹੈ, ਨਹੀਂ ਤਾਂ ਅਦਰਵਾਈਜ਼ ਸਾਡੀ ਮੀਟਿੰਗ ਜਿਹੜੀ 18 ਤਰੀਕ ਨੂੰ ਹੁੰਦੀ ਹੈ ਔਰ ਸਾਰੇ ਪੱਤਰਕਾਰ ਵੱਖ ਵੱਖ ਚੈਨਲਾਂ ਦੇ, ਵੱਖ ਵੱਖ ਅਖਬਾਰਾਂ ਦੇ ਪੱਤਰਕਾਰ ਸ਼ਾਮਿਲ ਹੁੰਦੇ, ਜਿਨ੍ਹਾਂ ਦੇ ਵਿੱਚੋਂ ਮੈਂ ਸਭ ਤੋਂ ਪਹਿਲੇ ਆਭਾਰੀ ਹਾਂ ਜਿਹੜੇ ਸਾਡੇ ਯੂਨੀਅਨ ਦੇ ਡਾਇਰੈਕਟਰ ਹੈ ਡਾਕਟਰ HS ਬਾਵਾ, ਜਿਹੜੇ ਬਿਨ ਸਾਰੇ ਰੁਝੇਵੇਂ ਛੱਡ ਕੇ, ਆਪਣੇ ਸਾਰਾ ਕਾਰੋਬਾਰ ਛੱਡ ਕੇ ਸਾਡੀ ਮੀਟਿੰਗ 'ਚ ਹਿੱਸਾ ਲੈਂਦੇ ਆ। ਉਸ ਤੋਂ ਬਾਅਦ ਸਾਡੇ ਸੀਨੀਅਰ ਪੱਤਰਕਾਰ ਮਦਨ ਲਾਲ ਜੀ, ਸੀਨੀਅਰ ਪੱਤਰਕਾਰ ਸੈਮ ਜੀ, ਸੀਨੀਅਰ ਪੱਤਰਕਾਰ ਬਲਜੀਤ ਕਾਂਜਲੀ ਜੀ, ਸੀਨੀਅਰ ਪੱਤਰਕਾਰ ਜਿਹੜੇ ਵਿਭਿੰਨ ਚੈਨਲਾਂ ਦੇ ਰਿਪੋਰਟਰ ਹੈਗੇ, ਵਿਕਰਾਂਤ ਪ੍ਰਭਾਕਰ ਜੀ, ਅੰਮ੍ਰਿਤਪਾਲ ਕੌਰ ਜੀ, ਹਰਵਿੰਦਰ ਕੌਰ ਜੀ, ਜਿਹੜੇ ਸ਼ਾਮਿਲ ਹੁੰਦੇ ਆ, ਮੈਂ ਇਹਨਾਂ ਦਾ ਵੀ ਧੰਨਵਾਦੀ ਹਾਂ। ਹਰ ਮੀਟਿੰਗ 'ਚ ਉਹ ਹਿੱਸਾ ਲੈਂਦੇ ਆ। ਮੀਟਿੰਗ ਦਾ ਸਾਡਾ ਮੁੱਦਾ ਇਹੀ ਹੁੰਦਾ ਕਿ ਇੱਕ ਤਾਂ ਥੋੜ੍ਹਾ ਜਿਹਾ ਮਹੀਨੇ ਦਾ ਜਿਹੜਾ ਸਾਡਾ ਕੁਛ ਗਤੀਵਿਧੀਆਂ ਹੁੰਦੀਆਂ, ਅਸੀਂ ਉੱਤੇ ਚਾਨਣਾ ਪਾਉਂਦੇ ਆ ਅਤੇ ਕੁਛ ਕਈ ਵਾਰੀ ਇਸ ਤਰ੍ਹਾਂ ਹੁੰਦਾ ਵਾ ਕੋਈ ਪੱਤਰਕਾਰ ਨੂੰ ਕੋਈ ਉਨੀ ਕੀ ਕੋਈ ਕਮੀ ਆਉਂਦੀ ਆ ਜਾਂ ਕੋਈ ਦਿੱਕਤ ਆਉਂਦੀ ਆ ਜਾਂ ਕੋਈ ਹੋਰ ਉਹਨੇ ਅਖਬਾਰ ਬਾਰੇ ਸਾਡੇ ਨਾਲ ਚਰਚਾ ਕਰਨੀ ਹੁੰਦੀ ਆ, ਅਤੇ ਇੱਕ ਅਸੀਂ ਇੱਕ ਪਲੇਟਫਾਰਮ ਬਣਾਇਆ ਆ ਕਿ ਜਿਹਦੇ ਵਿੱਚ ਅਸੀਂ ਬੜੇ ਖੁੱਲ੍ਹ ਕੇ ਇੱਕ ਦੂਜੇ ਨਾਲ ਚਰਚਾ ਕਰਦੇ ਹਾਂ। ਜੇ ਕਿਸੇ ਨੂੰ ਕੋਈ ਤੰਗੀ ਪੰਗੀ ਆਉਂਦੀ ਉਹ ਵੀ ਦੂਰ ਕੀਤੀ ਜਾਂਦੀ ਆ ਔਰ ਅੱਜ ਵੀ ਜਿਹੜੀ ਸਾਡੀ ਮੀਟਿੰਗ ਆ ਉਹਦਾ ਮੁੱਖ ਮੁੱਦਾ ਇਹੀ ਸੀਗਾ ਕਿ ਆਪਾਂ ਕਿਸ ਤਰ੍ਹਾਂ ਫੀਲਡ 'ਚ ਕੰਮ ਕਰਨਾ ਵਾ। ਅਤੇ ਅੱਜ ਦਾ ਵੀ ਮੁੱਦਾ ਇਹੀ ਸੀਗਾ ਕਿ ਅਸੀਂ ਵਿਭਿੰਨ ਮੁੱਦਿਆਂ 'ਤੇ ਚਰਚਾ ਕੀਤੀ ਆ, ਡਾਕਟਰ ਬਾਵਾ ਜੀ ਨੇ ਕਈਆਂ ਗੱਲਾਂ 'ਤੇ ਚਾਨਣਾ ਪਾਇਆ ਵਾ ਔਰ ਕੁਛ ਪਿਛਲੇ 2-3 ਮਹੀਨੇ 'ਤੇ ਸਾਡੇ ਜਿਹੜੇ ਕਲੱਬ ਹੈਗਾ ਆਜ਼ਾਦ ਜਰਨਲਿਸਟ ਪ੍ਰੈਸ ਕਲੱਬ, ਬਹੁਤ ਸਾਰੀਆਂ ਅਖਬਾਰਾਂ ਦੇ ਜਿਹੜੇ ਪੱਤਰਕਾਰ ਹੈ, ਚੈਨਲਾਂ ਦੇ ਪੱਤਰਕਾਰ ਹੈ, ਸਾਨੂੰ ਸਾਡੇ ਤੱਕ ਪਹੁੰਚ ਕਰ ਰਿਹਾ, ਬਾਵਾ ਜੀ ਤੱਕ, ਸਾਡੇ ਸੀਨੀਅਰ ਪੱਤਰਕਾਰ ਹੈ ਬਲਜੀਤ ਕਾਂਜਲੀ, ਕਿ ਸਾਨੂੰ ਸ਼ਾਮਿਲ ਕਰੋ। ਤੋ ਮੈਂ ਸਾਰੇ ਸਾਥੀਆਂ ਨੂੰ ਆਪਣੇ ਚੈਨਲ ਰਾਹੀਂ ਸੰਦੇਸ਼ ਦੇਣਾ ਚਾਹੁੰਦਾ ਵਾਂ ਕਿ ਸਾਡੇ ਦਰਵਾਜ਼ੇ ਜਿਹੜੇ ਉਹ 24 ਘੰਟੇ ਖੁੱਲ੍ਹੇ, ਕੋਈ ਵੀ ਪੱਤਰਕਾਰ ਸਾਡੇ 'ਚ ਸ਼ਾਮਿਲ ਹੋ ਸਕਦਾ ਵਾ, ਪਰ ਉਹਦੇ ਵਿੱਚ ਸ਼ਰਤ ਇਹ ਕਿ ਸਾਡੀ ਇੱਕ 5 ਮੈਂਬਰੀ ਸਕਰੀਨ ਕਮੇਟੀ ਬਣੀ ਹੋਈ ਹੈ ਪਿਛਲੇ ਕਈਆਂ ਸਾਲਾਂ ਤੋਂ,
ਉਹਦੇ ਜਿਹੜੇ ਮੁੱਖ ਹੈਗੇ ਡਾਕਟਰ ਐਚ ਐਸ ਬਾਵਾ ਵਾ, ਬਾਕੀ ਚਾਰ ਮੈਂਬਰ ਆ ਸਾਡੇ, ਇਹਨਾਂ ਕੋਲ ਐਪਲੀਕੇਸ਼ਨ ਦਿੱਤੀ ਜਾਵੇ। ਐਪਲੀਕੇਸ਼ਨ ਦੇ ਵਿੱਚ ਫਿਰ ਮੀਟਿੰਗ 'ਚ ਵਿਚਾਰ ਵਟਾਂਦਰਾ ਹੁੰਦਾ ਕਿ ਕਿਹੜੇ ਪੱਤਰਕਾਰ ਨੂੰ ਅਸੀਂ ਸ਼ਾਮਲ ਕਰਨਾ ਹੈ। ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਆਪਣੀ ਯੂਨੀਅਨ 'ਚ, ਆਪਣੀ ਸੰਸਥਾ 'ਚ ਉਹੀ ਪੱਤਰਕਾਰ ਸ਼ਾਮਲ ਕਰਦੇ ਹਾਂ ਜਿਹੜਾ ਬੇਦਾਗ ਹੋਵੇ, ਜਿੱਥੇ ਕੋਈ ਦਾਗ ਨਾ ਲੱਗਾ ਹੋਵੇ, ਜਿੱਥੇ ਕੋਈ ਬਲੈਕਮੇਲਿੰਗ ਦਾ ਜਾਂ ਹੋਰ ਕੋਈ ਧਾਬਾ ਨਾ ਹੋਵੇ। ਸੋ ਮੈਂ ਜਿੰਨੇ ਵੀ ਕੋਈ ਪੱਤਰਕਾਰ ਕਿਸੇ ਵੀ ਚੈਨਲ ਦੇ, ਸਾਨੂੰ ਇਹ ਨਹੀਂ ਹੈਗਾ ਕਿ ਕੋਈ ਪੰਜਾਬੀ ਹੈ, ਹਿੰਦੀ ਹੈ, ਸਾਨੂੰ ਅਖਬਾਰਦਾਰ ਨਾਲ ਕੋਈ ਮਤਲਬ, ਕੋਈ ਛੋਟੀ ਹੈ ਵੱਡੀ ਹੈ। ਬਾਬਾ ਜੀ ਬਾਰ ਬਾਰ ਆਪਣੇ ਸੰਦੇਸ਼ ਕਹਿੰਦੇ ਆ, ਅਖਬਾਰ ਕੋਈ ਛੋਟੀ ਵੱਡੀ ਨਹੀਂ ਹੁੰਦੀ। ਸਾਡਾ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ, ਆਪਣੀ ਕੰਮ ਕਰਨ ਦੇ ਤਰੀਕੇ 'ਚ ਆਪਾਂ ਲੋਕਾਂ ਦੇ ਵਿੱਚ ਕਿੱਦਾਂ ਆਪਣੇ ਆਪਣੀ ਪਹਿਚਾਣ ਬਣਾਉਣੀ ਹੈ, ਇਹਦਾ ਸਾਨੂੰ ਤਰੀਕਾ ਹੋਣਾ ਚਾਹੀਦਾ ਵਾ। ਅਖਬਾਰ ਕੋਈ ਛੋਟੀ ਵੱਡੀ ਨਹੀਂ ਹੁੰਦੀ। ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਅੱਜ ਜਿੰਨੇ ਵੀ ਸਾਡੇ ਸਾਥੀ ਪੱਤਰਕਾਰ ਆਏ ਆ, ਵਿੱਚ ਆਪਣੇ ਬੀਬੀ ਉਰਦੂ ਬੈਠੀਆਂ, ਅੰਮ੍ਰਿਤ ਕੌਰ, ਹਰਵਿੰਦਰ ਕੌਰ, ਸਾਰਿਆਂ ਨੂੰ ਵਧਾਈ ਦਿੰਦਾ ਵਾਂ। ਸੋ ਸਾਰਿਆਂ ਨੂੰ ਮੈਂ ਪੱਤਰਕਾਰਾਂ ਨੂੰ ਕਹਿੰਦਾ ਕਿ ਆਪਣੇ ਫੀਲਡ 'ਚ ਵੱਧ ਚੜ੍ਹ ਕੇ ਕੰਮ ਕਰਨ, ਔਰ ਕਿਸੇ ਵੀ ਕਿਸਮ ਦੀ ਬਹਿਸਬਾਜ਼ੀ ਤੋਂ ਜਾਂ ਹੋਰ ਕਿਸੇ ਤਕਰਾਰ ਤੋਂ ਗੁਰੇਜ਼ ਕਰਨ। ਜੈ ਹਿੰਦ, ਸਤਿ ਸ਼੍ਰੀ ਅਕਾਲ।